ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਈਵ ਹੋਣ ਦਾ ਮੇਨ ਵਿਸ਼ਾ ਹੈਗਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਾਰੋ ਮਾਰ ਪੈ ਰਹੀ ਆ ਮਹਿੰਗਾਈ ਕਰਕੇ। ਅੱਜ ਬਿਜਲੀ ਦੇ ਰੇਟ ਇੰਨੇ ਕੁ ਵੱਧ ਚੁੱਕੇ ਆ ਕਿ ਆਮ ਘਰਾਂ ਦਾ ਬਿੱਲ ਵੀ ਦੋ ਦੋ ਮਹੀਨਿਆਂ ਦਾ 15-15, 20-20 ਹਜ਼ਾਰ ਬਿੱਲ ਆ ਰਿਹਾ, ਅਤੇ ਆਮ ਬੰਦਾ ਕਿੱਧਰ ਜਾਊਗਾ? ਜੇ ਕੇਂਦਰ 'ਚ ਬਜਟ ਪੇਸ਼ ਕਰਦੇ ਉਹਦੇ 'ਚ 2.5 ਰੁਪਏ ਡੀਜ਼ਲ ਦਾ ਰੇਟ ਵਧਾ ਦਿੱਤਾ ਜਾਂਦਾ, ਅਤੇ ਅੱਜ ਨਾ ਗਰੀਬ ਬੰਦਾ ਇਲਾਜ ਕਰਾ ਸਕਦਾ, ਨਾ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ, ਨਾ ਆਪਣਾ ਬਿਜਲੀ ਦਾ ਬਿੱਲ ਭਰ ਸਕਦਾ, ਮਤਲਬ ਕੁਛ ਵੀ ਨਹੀਂ ਕਰ ਸਕਦਾ। ਅਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਭਰਦੇ ਰਹਿੰਦੇ ਹਾਂ, ਪਰ ਸਾਨੂੰ ਕੋਈ ਸਹੂਲਤਾਂ ਨਹੀਂ ਮਿਲਦੀਆਂ। ਅਤੇ ਆਪਾਂ ਜਿਹੜੇ ਬੰਦਿਆਂ ਨੂੰ ਜਿਤਾ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਰਾਜਤੰਤਰ ਮਤਲਬ ਸਰਕਾਰ ਬਣਾ ਰਹੇ ਹਾਂ, ਉਹਨਾਂ ਨੂੰ ਤਾਂ ਪੂਰੀਆਂ ਸਹੂਲਤਾਂ ਮਿਲ ਰਹੀਆਂ, ਸਰਕਾਰੀ ਕੋਠੀਆਂ ਮਿਲ ਰਹੀਆਂ, ਸਰਕਾਰੀ ਗੱਡੀਆਂ ਮਿਲ ਰਹੀਆਂ, ਸਰਕਾਰੀ ਖਰਚੇ ਮਿਲ ਰਹੇ ਆ, ਪਰ ਜਿਹੜਾ ਸਾਡੇ ਵਰਗਾ ਆਮ ਬੰਦਾ ਉਹ ਸਿਰਫ ਰੋਲਦਾ ਪਿਆ, ਹਾਹਾਕਾਰ ਮੱਚੀ ਪਈ। ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਬਿਜਲੀ ਦਾ ਅੰਦੋਲਨ ਛੇੜਿਆ, ਜਿਹੜਾ ਕਿ 2016 ਦੇ ਵਿੱਚ 4 ਮਾਰਚ 2016 ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ PPA ਪਾਵਰ ਪਰਚੇਜ ਐਗਰੀਮੈਂਟ ਸਾਈਨ ਕੀਤੇ ਸੀ 3 ਕੰਪਨੀਆਂ ਨਾਲ, ਲਾਰਸਨ ਕੰਪਨੀ, ਇੱਕ ਹੋਰ 2 GVK ਕੰਪਨੀ, ਆਹ ਜਿਹੜੀਆਂ 3-4 ਕੰਪਨੀਆਂ ਨਾਲ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਬਿਜਲੀ, ਉਹਨਾਂ ਨਾਲ ਬਿਜਲੀ ਦਾ ਸੌਦਾ ਕੀਤਾ ਸਾਡੇ ਪੰਜਾਬ ਦਾ। ਸਾਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਸਾਡੇ ਪੰਜਾਬ ਦੀ ਹੈ, ਅਤੇ ਹੈਰਾਨਗੀ ਹੈ ਉਹ ਵੀ ਮਗਰਮੱਛ ਦੇ ਆਂਸੂ ਕੱਢ ਰਹੇ ਜੀ ਬਿਜਲੀ ਬਹੁਤ ਮਹਿੰਗੀ ਹੋ ਗਈ ਆ, ਜਦਕਿ ਬੀਜ ਬੀਜਣ ਵਾਲੇ ਉਹ ਨੇ ਅਤੇ ਕਾਂਗਰਸ ਸਰਕਾਰ ਉਹਨੂੰ ਪਾਣੀ ਦੇ ਰਹੀ ਆ, ਨਾ ਕਿ ਲੋਕਾਂ ਦੀ ਹਮਦਰਦ ਬਣ। ਅੱਜ ਅਸੀਂ ਪਟਿਆਲੇ ਵਿਸ਼ੇਸ਼ ਤੌਰ 'ਤੇ ਆਏ, ਧਰਨਾ ਵੀ ਲਗਾਇਆ, ਸੁੱਤੀ ਪਈ ਸਰਕਾਰ ਨੂੰ ਸ਼ੀਸ਼ਾ ਵੀ ਦਿਖਾਇਆ, ਪਰ ਸਾਡੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਵੀ ਆ ਕਿ ਆਪਾਂ ਲੋਕ ਵੀ ਜਾਗੀਏ, ਆਪਾਂ ਵੋਟਾਂ ਵੇਲੇ ਆਪਾਂ ਆਪਣੀ ਜ਼ਮੀਰ ਵੇਚ ਦਿੰਦੇ। ਮੈਂ ਗੁਰੇਜ਼ ਨਹੀਂ ਕਰੂੰਗਾ ਇਹ ਗੱਲ ਕਹਿਣ 'ਤੇ, ਕਿਉਂਕਿ ਜੇ ਆਪਾਂ ਅੱਜ ਆਪਣਾ ਭਵਿੱਖ ਦੇਖੀਏ ਨਾ, ਨੌਜਵਾਨਾਂ ਦਾ ਭਵਿੱਖ ਦੇਖੀਏ, ਹਨੇਰ ਗੜਦੀ ਆ, ਹਨੇਰਾ ਛਾਇਆ ਹੋਇਆ, ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ ਹੈਗਾ, ਪਰ ਆਪਾਂ ਲੋਕ ਸੰਘਰਸ਼ ਕਰ ਰਹੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ ਸਾਰੇ ਲੋਕਾਂ ਨੂੰ, ਜੇ ਆਪਾਂ ਸਾਰੇ ਬਾਹਰ ਨਿਕਲਾਂਗੇ ਤਾਂ ਬਦਲਾਵ ਆਊਗਾ, ਰਾਜਤੰਤਰ ਨੂੰ ਖਤਮ ਕਰਕੇ ਲੋਕਤੰਤਰ ਨੂੰ ਦੁਬਾਰਾ ਆਪਾਂ ਬੂਟਾ ਲਗਾ ਸਕੀਏ, ਇਹ ਸਿਰਫ ਤਾਂ ਪੋਸੀਬਿਲਿਟੀ ਹੈ ਜੇ ਆਪਾਂ ਸਾਰੇ ਲੋਕ ਇਕੱਠੇ ਹੋਈਏ। ਅਤੇ ਘਬਰਾਉਣ ਦੀ ਲੋੜ ਨਹੀਂ, ਕੁਛ ਦੇਰ ਦੀ ਖਾਮੋਸ਼ੀ ਹੈ, ਕੁਛ ਦੇਰ ਦੀ ਖਾਮੋਸ਼ੀ ਹੈ, ਫਿਰ ਸ਼ੋਰ ਆਏਗਾ, ਤੁਹਾਡਾ ਸਿਰਫ ਵਕਤ ਆਇਆ ਹੈ, ਹਮਾਰਾ ਦੌਰ ਆਏਗਾ। ਅਸੀਂ ਨੌਜਵਾਨ ਸੰਘਰਸ਼ ਕਰ ਰਿਹਾ, ਮੇਰੇ ਨਾਲ ਬੜਾ ਹੀ ਸੂਝਵਾਨ ਜਿਹੜਾ ਕਿ ਲੜ ਰਹੇ ਹੈ ਪੰਜਾਬ ਵਾਸਤੇ ਇੱਕ ਨੌਜਵਾਨ ਗੁਰਦਾਸਪੁਰ ਤੋਂ, ਮੈਂ ਕਹੂੰਗਾ ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ। ਸਭ ਤੋਂ ਪਹਿਲੇ ਜਿਹੜੀ ਜ਼ੁਬਾਨ 'ਤੇ ਫਤਿਹ ਉਹਦੀ ਜਹਾਨ 'ਤੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਮੇਰੇ ਵੀਰੋ ਅਸੀਂ ਪਟਿਆਲਾ ਜੋ ਕਿ ਮੁੱਖ ਮੰਤਰੀ ਦਾ ਸ਼ਹਿਰ ਆ, ਉਹਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਹਰ ਚੀਜ਼ ਨੂੰ ਲੈ ਕੇ, ਪਰ ਜਿਹੜਾ ਮੇਨ ਸਾਡਾ ਏਜੰਡਾ ਸੀਗਾ ਉਹ ਸੀ ਬਿਜਲੀ ਦੇ ਰੇਟ, ਜੋ ਕਿ ਪੰਜਾਬ ਨੂੰ ਦਿਨੋਂ ਦਿਨ ਵੱਧ ਰਹੇ। ਜੋ ਅਕਾਲੀ ਦਲ ਨੇ PPA ਸਾਈਨ ਕੀਤਾ ਆਪਣੇ ਦੌਰ ਦੇ ਵਿੱਚ, ਉਹਦੇ ਦੌਰਾਨ ਜੋ ਐਗਰੀਮੈਂਟ ਸੀ ਉਹਦੇ ਵਿੱਚ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਸੀਗੇ ਉਹਨਾਂ ਨੇ ਬਿਜਲੀ ਦੇ ਰੇਟ ਵਧਾ ਦਿੱਤੇ, ਜਿਨ੍ਹਾਂ ਦਾ ਭਾਰ ਸਾਡੇ ਆਮ ਨਾਗਰਿਕਾਂ 'ਤੇ ਪੈ ਰਿਹਾ। ਮੇਰੇ ਵੀਰੋ ਜਿੱਦਾਂ ਸਾਡੇ ਗੁਰਨੂਰ ਜੀ ਨੇ ਦੱਸਿਆ
ਕਿ ਸਰਕਾਰੀ ਜਿਹੜਾ ਤੰਤਰ ਆ, ਜਿਹੜੇ MLA ਨੇ ਜਾਂ ਮੰਤਰੀ ਨੇ, ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ, ਪਰ ਟੈਕਸ ਪੇ ਕੌਣ ਕਰ ਰਿਹਾ? ਇੱਕ ਮੱਧਮ ਵਰਗ ਇਨਸਾਨ। ਇੱਕ RBI ਦੀ ਨੋਟੀਫਿਕੇਸ਼ਨ ਸੀਗੀ ਜਿਹਦੇ ਵਿੱਚ ਲਿਖਿਆ ਹਰ ਬੰਦਾ ਰੋਜ਼ ਦਾ 60 ਰੁਪਏ ਟੈਕਸ ਦੇ ਰਿਹਾ, ਭਾਵੇਂ ਉਹ ਰਿਕਸ਼ੇ ਵਾਲਾ, ਭਾਵੇਂ ਉਹ ਕੋਈ। ਇਸ ਕਰਕੇ ਵੀਰੋ, ਅਸੀਂ ਜੋ ਮੁਹਿੰਮ ਸਟਾਰਟ ਕੀਤੀ ਆ, ਇੱਕ ਯੂਥ ਨੂੰ ਅਪੀਲ ਵੀ ਆ ਕਿ ਆਪਣੇ ਆਪਣੇ ਘਰਾਂ 'ਚੋਂ ਨਿਕਲੋ, ਸੁੱਤੀ ਹੋਈ ਸਰਕਾਰ 'ਤੇ ਕੰਜਾ ਪੰਜਾਬੀ 'ਚ ਕਹਿੰਦੇ ਵਾਲਾ ਪਾਓ, ਅਤੇ ਦੱਸੋ ਯੂਥ ਦੀ ਪਾਵਰ ਕੀ ਆ। ਵਧੀਆ ਇਨਸਾਨ ਨਾਲ ਜੁੜੋ, ਜਿੱਦਾਂ ਸਾਡੇ ਪਾਰਟੀ ਦੇ ਸੁਪਰੀਮੋ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ XLOP, ਅਜੇ ਤੱਕ ਸਾਨੂੰ ਲੋਕਾਂ ਨੂੰ ਇਹ ਨਹੀਂ ਸੀਗਾ ਪਤਾ ਕਿ LOP ਦਾ ਅਹੁਦਾ ਕੀ ਹੁੰਦਾ, ਕਿਉਂਕਿ ਕਦੀ ਕਿਸੇ ਨੇ ਕੰਮ ਹੀ ਨਹੀਂ ਕੀਤਾ। ਜਦੋਂ ਸੁਖਪਾਲ ਸਿੰਘ ਖਹਿਰਾ ਜੀ ਆਏ, ਫਿਰ ਪਤਾ ਲੱਗਾ LOP ਕਿਹਨੂੰ ਕਹਿੰਦੇ ਨੇ। ਇਹਨਾਂ ਨੇ ਰੇਤ ਦੇ ਮਸਲੇ, ਬਿਜਲੀ ਦੇ ਮਸਲੇ, SC ਸਕਾਲਰਸ਼ਿਪ, ਤੁਹਾਡੇ ਜਿਹੜੇ ਬੱਚੇ ਬਾਹਰ ਜਾ ਰਹੇ ਆ, ਮਾਈਗ੍ਰੇਸ਼ਨ ਹੋ ਰਹੀ ਆ ਬੱਚਿਆਂ ਦੀ, ਉਹ ਸਾਰੇ ਮੁੱਦੇ ਚੁੱਕੇ। ਬਟ ਜਿਹੜਾ ਆਮ ਆਦਮੀ ਪਾਰਟੀ ਨੂੰ ਇਹ ਚੀਜ਼ ਗਵਾਰਾ ਨਹੀਂ ਹੋਈ, ਅਤੇ ਉਹਨਾਂ ਨੇ ਇੱਕ ਚਾਬੀ ਵਾਲਾ ਬੰਦਾ ਲਾ ਦਿੱਤਾ ਹਰਪਾਲ ਚੀਮਾ। ਅੱਜ ਚੀਮਾ ਜੀ ਨੂੰ ਇੱਕ ਰਿਕੁਐਸਟ ਆ ਕਿ ਤੁਸੀਂ ਕੋਈ ਵਿਧਾਨ ਸਭਾ ਵਿੱਚ ਸਵਾਲ ਪੁੱਛਿਆ, ਜਿੰਨੇ ਸਵਾਲ ਪੁੱਛੇ ਸਾਰੇ ਖਹਿਰਾ ਸਾਹਿਬ ਨੇ ਪੁੱਛੇ, ਜਿੰਨੇ ਮੁੱਦੇ ਚੁੱਕੇ ਸਾਰੇ ਖਹਿਰਾ ਸਾਹਿਬ ਨੇ ਚੁੱਕੇ। ਅਤੇ ਇੱਕ ਖਾਸ ਕਰਕੇ ਬੇਨਤੀ ਲੋਕ ਇਨਸਾਫ ਪਾਰਟੀ ਦੇ ਵੀ ਮੁਖੀਆਂ ਨੂੰ ਆ ਕਿ ਆਓ ਇਸ ਜੰਗ ਵਿੱਚ ਸਾਡਾ ਸਾਥ ਦਿਓ। ਇਕੱਲਿਆਂ ਇਕੱਲਿਆਂ ਸਾਨੂੰ ਕੁਛ ਨਹੀਂ ਮਿਲੂਗਾ, ਇਕੱਠੇ ਹੋ ਕੇ ਚੱਲਾਂਗੇ ਅਤੇ ਇੱਕ ਅਸੀਂ ਪੰਜਾਬ ਬਣਾ ਸਕਾਂਗੇ। ਜੇ ਅਸੀਂ ਆਪ ਬਦਲਾਂਗੇ, ਅਸੀਂ ਪੰਜਾਬ ਬਦਲਾਂਗੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਆਈ ਹੋਈ ਸਾਰੀ ਟੀਮ ਦਾ ਵੱਲੋਂ ਜੀ ਆਇਆਂ ਆਉਂਦਾ, ਜਿੰਨੇ ਵੀ ਇੱਥੇ ਆਏ ਨੇ ਪਾਰਟੀ ਦੇ ਮੈਂਬਰ, ਫਾਸਲਾ ਗਰੁੱਪ, ਬਹੁਜਨ ਸਮਾਜ ਪਾਰਟੀ, ਡਾਕਟਰ ਧਰਮਵੀਰ ਗਾਂਧੀ, ਜਿੰਨੇ ਵੀ MLA ਸਾਹਿਬਾਨ ਆ, ਕਿ ਤੁਹਾਡਾ ਆਉਣ 'ਤੇ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਨੌਜਵਾਨਾਂ ਨੂੰ ਰਾਹ ਦਿੱਤੀ ਆ ਕਿ ਕਿੱਦਾਂ ਸੰਘਰਸ਼ ਕਰੀਏ, ਖਹਿਰਾ ਸਾਹਿਬ ਵੱਲ ਵੇਖੀਏ, ਅਤੇ ਇੱਕ ਸੰਘਰਸ਼ ਦੀ ਉਹ ਇਗਜ਼ਾਮਪਲ ਆ ਕਿ ਅਸੀਂ ਉਹਨਾਂ ਵੱਲ ਵੇਖ ਕੇ ਜੀ ਸਕਦੇ ਹਾਂ ਕਿ ਬਈ ਉਹ ਬੰਦਾ ਲੜਾਈ ਕਰ ਰਿਹਾ। ਇਸ ਕਰਕੇ ਹੌਸਲਾ ਨਾ ਹਾਰੋ, ਸਾਡਾ ਵਕਤ ਜ਼ਰੂਰ ਆਏ। ਦੋਸਤੋ, ਮੈਂ ਇੱਕ ਬੇਨਤੀ ਜਾਂਦੇ ਜਾਂਦੇ ਕਰਨਾ ਚਾਹੁੰਦਾ। ਸਾਡੇ ਗੁਰੂਆਂ ਨੇ, ਪੀਰਾਂ ਨੇ, ਸ਼ਹੀਦਾਂ ਨੇ ਇੱਕ ਸੁਪਨਾ ਲਿਆ ਸੀ ਕਿ ਅਸੀਂ ਇੱਕ ਖੁਸ਼ਹਾਲ ਪੰਜਾਬ ਬਣਾਈਏ ਜਿਹਦੇ 'ਚ ਹਰ ਵਰਗ ਦੇ ਬੰਦੇ ਨੂੰ ਆਪਣਾ ਹੱਕ ਮਿਲੇ, ਪਰ ਮਾਫ਼ ਕਰਨਾ, ਅੱਜ ਤੱਕ ਸਾਨੂੰ ਆਪਣੇ ਹੱਕ ਨਹੀਂ ਮਿਲੇ। ਅਤੇ ਇੰਨੀ ਕੁ ਸਾਡੀ ਬੇਨਤੀ ਹੈ, ਅਤੇ ਮੈਂ ਘਬਰਾਉਣ ਦੀ ਲੋੜ ਨਹੀਂ, ਸਾਡੇ ਗੁਰੂਆਂ ਨੇ ਸਿਖਾਇਆ, ਸਾਡੇ ਸ਼ਹੀਦਾਂ ਨੇ ਸਿਖਾਇਆ ਕਿ ਹੱਕ ਸੱਚ ਲਈ ਲੜਦੇ ਰਵਾਂਗੇ, ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ। ਨਾਲੇ ਇੱਕ ਗੱਲ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਸਿਕੰਦਰ ਹਾਲਾਤਾਂ ਅੱਗੇ ਨਹੀਂ ਚੁੱਕਦਾ, ਸਿਕੰਦਰ ਹਾਲਾਤਾਂ ਅੱਗੇ ਨਹੀਂ ਚੁੱਕਦਾ। ਟੁੱਟਿਆ ਤਾਰਾ ਜ਼ਮੀਨ ਉੱਪਰ ਨਹੀਂ ਗਿਰਦਾ, ਹਜ਼ਾਰ ਦਰਿਆ ਸਮੁੰਦਰ ਵਿੱਚ ਗਿਰਦੇ ਆ, ਪਰ ਸਮੁੰਦਰ ਦਰਿਆ ਵਿੱਚ ਨਹੀਂ ਗਿਰਦਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਆਓ ਤਕੜੇ ਹੋ ਕੇ ਇਹਨਾਂ ਬੇਈਮਾਨ ਲੋਟੂ ਸਰਕਾਰਾਂ ਦੇ ਖਿਲਾਫ ਲੜੀਏ, ਤਾਂ ਆਪਣੇ ਪੰਜਾਬ ਨੂੰ ਬਚਾ ਸਕੀਏ, ਅਗਲੀ ਪੀੜ੍ਹੀ ਨੂੰ ਬਚਾ ਸਕੀਏ। ਇੰਨੀ ਕੁ ਮੇਰੇ ਵੱਲੋਂ, ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।